ਤਾਰੀਆਂ ਬਾਈਕ ਦੇ ਵਿੱਚ ਪੈਟਰੋਲ ਪਵਾਉਣ ਦੇ ਦੌਰਾਨ ਤੁਸੀਂ ਵੀ ਕਦੀ ਨਾ ਕਦੀ ਠੱਗੀ ਦਾ ਸ਼ਿਕਾਰ ਹੋਏ ਹੋਵੋਗੇ ਜਿਸ ਤੋਂ ਬਾਅਦ ਤੁਸੀਂ ਵੀ ਸਤਰਕ ਹੋਗੇ ਹੋਵੋਗੇ ਅਤੇ ਫਿਊਲ ਦੀ ਕੁਆਂਟੀਟੀ ਨੂੰ ਚੈੱਕ ਕਰਦੇ ਹੋਵੋਗੇ ਪਰ ਹੁਣ ਪੈਟਰੋਲ ਪੰਪ ਤੇ ਹੋਣ ਵਾਲੀ ਠੱਗੀ ਦਾ ਤਰੀਕਾ ਬਦਲ ਕੇ ਹੁਣ ਤੁਹਾਡੀ ਗੱਡੀ ਜਾਂ ਬਾਈਕ ਦੇ ਵਿੱਚ ਪੈਣ ਵਾਲਾ ਪੈਟਰੋਲੀਆ ਡੀਜ਼ਲ ਦੀ ਕੁਆਂਟੀਟੀ ਤੋਂ ਨਹੀਂ ਕੁਆਲਿਟੀ ਦੀ ਛੇੜਛਾੜ ਉਸ ਦੇ ਨਾਲ ਹੋ ਰਹੀ ਹੈ। ਇਹ ਫਿਊਲ ਦੀ ਡੈਂਸਿਟੀ ਨੂੰ ਬਦਲ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਤੁਹਾਨੂੰ ਸਿਰਫ ਕੁਝ ਰੁਪਏ ਦਾ ਨੁਕਸਾਨ ਹੀ ਨਹੀਂ ਹੋਵੇਗਾ ਬਲਕਿ ਤੁਹਾਡੀ ਗੱਡੀ ਦਾ ਇੰਜਨ ਤੁਹਾਡੀ ਬਾਈਕ ਦਾ ਇੰਜਨ ਵੀ ਖਰਾਬ ਹੋ ਸਕਦਾ ਹੈ। ਸੋ ਜਾਣਦਿਆਂ ਕਿ ਜੋ ਨਵੇਂ ਤਰੀਕੇ ਦੀ ਠੱਗੀ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਅਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤੁਸੀਂ ਸ਼ਾਇਦ ਪੈਟਰੋਲ ਪੰਪ ਤੇ ਚੋਰੀ ਦੇ ਮਾਮਲਿਆਂ ਦੇ ਬਾਰੇ ਦੇ ਵਿੱਚ ਕਈ ਵਾਰ ਸੁਣਿਆ ਹੋਵੇਗਾ ਤੁਹਾਨੂੰ ਕੋਈ ਜਾਣਨ ਵਾਲਾ ਵੀ ਕਦੀ ਨਾ ਕਦੀ ਕਿ ਇਸ ਤਰ੍ਹਾਂ ਦੀ ਚੋਰੀ ਦਾ ਸ਼ਿਕਾਰ ਤੁਹਾਡੇ ਕੋਈ ਜਾਣ ਪਛਾਣ ਵਾਲਾ ਵੀ ਹੋਇਆ ਹੋਵੇਗਾ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਪੈਟਰੋਲ ਪੰਪ ਤੇ ਪੜਾ ਕਿਵੇਂ ਠੱਗੀ ਕੀਤੀ ਜਾ ਸਕਦੀ ਹੈ ਅਸੀਂ ਤੁਹਾਨੂੰ ਦੱਸਦੇ ਆ ਕਿ ਕੁਝ ਪੈਟਰੋਲ ਪੰਪਾਂ ਤੇ ਕਰਮਚਾਰੀ ਬਹੁਤ ਚਲਾਕ ਤਰੀਕੇ ਦੇ ਨਾਲ ਤੁਹਾਨੂੰ ਠੱਗ ਸਕਦੇ ਨੇ ਅਤੇ ਉਹ ਵੀ ਆਪਣੀ ਇੰਨੀ ਸਫਾਈ ਦੇ ਨਾਲ ਤੁਹਾਨੂੰ ਠੱਗਣਗੇ ਕਿ ਤੁਹਾਨੂੰ ਬਿਲਕੁਲ ਸ਼ੱਕ ਨਹੀਂ ਹੋਏਗਾ ਜ਼ੀਰੋ ਜਦੋਂ ਆਪਾਂ ਪੈਟਰੋਲ ਜਾਂ ਡੀਜ਼ਲ ਪਵਾਉਣੇ ਆ ਤਾਂ ਇੱਕ ਜ਼ੀਰੋ ਆਉਂਦਾ ਹੈ ਕਿ ਹੁਣ ਪੈਟਰੋਲ ਪਵਾਣਾ ਸ਼ੁਰੂ ਹੋਏਗਾ ਪੈਟਰੋਲ ਪਾਣਾ ਸ਼ੁਰੂ ਹੋਏਗਾ ਤਾਂ ਜ਼ੀਰੋ ਦੇਖ ਕੇ ਭਲੇ ਹੀ ਤੁਸੀਂ ਪੂਰੀ ਮਾਤਰਾ ਦੇ ਵਿੱਚ ਪੈਟਰੋਲ ਲੈ ਲੈਣਿਓ ਪਰ ਫਿਰ ਵੀ ਤੁਹਾਡੇ ਨਾਲ ਠੱਗੀ ਹੋ ਰਹੀ ਹੈ ਅਸਲੀ ਠੱਗੀ ਪੈਟਰੋਲ ਅਤੇ ਡੀਜ਼ਲ ਦੀ ਡੈਂਸਿਟੀ ਯਾਨੀ ਕਿ ਉਸ ਦਾ ਜੋ ਘਣਤਾਵ ਹੈ ਉਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਇਹ ਜੋ ਡੈਂਸਿਟੀ ਮਸ਼ੀਨ ਦੇ ਡਿਸਪਲੇ ਦੇ ਵਿੱਚ ਅਮਾਉਂਟ ਅਤੇ ਵੋਲਿਊਮ ਤੋਂ ਬਾਅਦ ਤੀਸਰੇ ਨੰਬਰ ਤੇ ਦਿਖਾਈ ਦਿੰਦਾ ਹੈ ਉਹ ਪੈਟਰੋਲ ਦੀ ਡੈਂਸਿਟੀ ਰੇਂਜ 730 ਤੋਂ 770 ਕਿਲੋਗ੍ਰam m3 ਹੁੰਦੀ ਹੈ ਜਦ ਕਿ ਡੀਜ਼ਲ ਦੀ ਡੈਂਸਿਟੀ ਰੇਂਜ 820 ਤੋਂ 860 ਕਿਲੋਗ੍ਰam m3 ਹੁੰਦੀ ਹੈ ਅਤੇ ਫਿਲਿੰਗ ਦੇ ਵੇਲੇ ਇਸ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਇੱਕ ਖਾਸ ਗੱਲ ਇਹ ਵੀ ਹੈ ਕਿ ਜੇਕਰ ਇਹ ਜੋ ਡੈਂਸਿਟੀ ਦੱਸੀ ਗਈ ਰੇਂਜ ਤੋਂ ਘੱਟ ਹੈ ਤਾਂ ਇਸ ਦਾ ਮਤਲਬ ਹੈ ਕਿ ਪੈਟਰੋਲ ਪੰਪ ਤੇ ਪੈਟਰੋਲ ਦੇ ਵਿੱਚ ਮਿਲਾਵਟ ਕੀਤੀ ਗਈ ਹੈ ਜੇਕਰ ਅਜਿਹਾ ਹੈ ਤਾਂ ਨਾ ਸਿਰਫ ਤੁਹਾਡੇ ਪੈਸਿਆਂ ਦੇ ਨਾਲ ਠੱਗੀ ਹੋ ਰਹੀ ਹੈ ਬਲਕਿ ਵਹੀਕਲ ਦਾ ਇੰਜਨ ਵੀ ਜਲਦੀ ਖਰਾਬ ਹੋਣ ਦੀ ਸੰਭਾਵਨਾ ਹੈ ਜੇਕਰ ਇਹ ਡੈਂਸਿਟੀ ਰੇਂਜ ਤੋਂ ਉੱਪਰ ਹੋਵੇਗੀ ਤਾਂ ਵੀ ਤੇਲ ਦੇ ਵਿੱਚ ਮਿਲਾਵਟ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਦੇ ਨਾਲ ਤੁਹਾਡੀ ਇੰਜਨ ਤੇ ਐਡੀਸ਼ਨਲ ਪ੍ਰੈਸ਼ਰ ਪੈਂਦਾ ਹੈ ਤੇ ਮਾਈਲੇਜ ਘਟ ਹੁੰਦਾ ਹੈ ਇੰਜਨ ਦੀ ਲਾਈਫ ਨੂੰ ਅਫੈਕਟ ਕਰਦਾ ਜਦ ਵੀ ਤੁਸੀਂ ਪੈਟਰੋਲ ਜਾਂ ਡੀਜ਼ਲ ਖਰੀਦੋ ਤਾਂ ਹਮੇਸ਼ਾ ਡੈਂਸਿਟੀ ਰੇਂਜ ਫਿਲਿੰਗ ਦੇਖ ਕੇ ਹੀ ਤੁਸੀਂ ਜੋ ਹੈ ਪੈਟਰੋਲ ਦੇ ਵਿੱਚ ਪੈਟਰੋਲ ਪੰਪ ਤੇ ਤੁਸੀਂ ਪੈਟਰੋਲ ਪਵਾਓ ਜਾਂ ਡੀਜ਼ਲ ਪਵਾਓ ਜੇਕਰ ਤੁਸੀਂ ਇਹ ਨਹੀਂ ਦੇਖਦੇ ਤਾਂ ਬੜੀ ਹੀ ਸਫਾਈ ਦੇ ਨਾਲ ਤੁਹਾ ਗੱਡੀ ਜੋ ਪੈਸੇ ਤੁਹਾਡੀ ਜੋ ਗੱਡੀ ਉਸ ਦਾ ਨੁਕਸਾਨ ਹੋਏਗਾ ਤੁਹਾਡੇ ਨਾਲ ਠੱਗੀ ਹੋਏਗੀ ਤਾਂ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਨੇ ਆ ਜੋ ਪੈਟਰੋਲ ਦੀ ਡੈਂਸਿਟੀ ਰੇਂਜ ਹੁੰਦੀ ਹੈ 730 ਤੋਂ 770 ਕਿਲੋਗ੍ਰam ਪਰ ਹੁੰਦੀ ਹੈ ਤਾਂ ਜੋ ਡੀਜ਼ਲ ਦੀ ਡੈਂਸਿਟੀ ਰੇਂਜ ਹੈ 820 ਤੋਂ 860 ਦੇ ਵਿਚਾਲੇ ਹੁੰਦੀ ਹੈ ਜੇਕਰ ਤੁਹਾਨੂੰ 730 ਤੋਂ 770 ਦੇ ਘੱਟ ਯਾ ਵਾਦੇ ਨਾ ਤਾਂ ਉੱਪਰ ਜਾਂ نیچے ਪੈਟਰੋਲ ਦੀ ਡੈਂਸਿਟੀ ਦਿਖਦੀ ਹੈ ਤਾਂ ਉਸ ਦੇ ਵਿੱਚ ਮਿਲਾਵਟ ਹੈ ਤਾਂ ਜੇਕਰ ਡੀਜ਼ਲ ਦੀ ਡੈਂਸਿਟੀ 820 ਤੋਂ 860 ਦੇ ਵਿਚਕਾਰ ਤੋਂ ਉੱਪਰ ਜਾਂ ਘੱਟ ਦਿਖਦੀ ਹੈ ਤਾਂ ਡੀਜ਼ਲ ਦੇ ਵਿੱਚ ਮਿਲਾਵਟ ਹੈ ਹੁਣ ਤੁਸੀਂ ਸਿਰਫ ਅਮਾਉਂਟ ਯਾਨੀ ਕਿ ਪੈਸੇ volume ਯਾਨੀ ਕਿ ਕਿੰਨਾ ਤੇਲ ਪੈ ਰਿਹਾ ਸਿਰਫ ਉਹੀ ਨਹੀਂ ਦੇਖਣਾ ਹੁਣ ਤੁਸੀਂ ਇਹ ਵੀ ਦੇਖਣਾ ਕਿ ਡੈਂਸਿਟੀ ਰੇਂਜ ਕਿੰਨੀ ਹੈ ਜਿਸ ਦੇ ਨਾਲ ਤੁਹਾਡੇ ਜੋ ਪੈਸਿਆਂ ਦੀ ਠੱਗੀ ਹੈ ਉਹ ਵੀ ਨਾ ਹੋ ਸਕੇ ਤੁਹਾਡੀ ਗੱਡੀ ਤੁਹਾਡੀ ਬਾਈਕ ਉਹ ਵੀ ਨੁਕਸਾਨ ਨਾ ਉਸ ਦਾ ਹੋ ਸਕੇ ਉਸ ਦਾ ਇੰਜਨ ਖਰਾਬ ਨਾ ਹੋ ਸਕੇ ਸੋ ਸਿਰਫ ਜ਼ੀਰੋ ਦੇ ਕੇ ਨੀ ਮੰਨਣਾ ਕਿ ਪੈਟਰੋਲ ਪੰਪ ਤੇ ਤੁਹਾਡੇ ਨਾਲ ਠੱਗੀ ਨਹੀਂ ਹੋ ਰਹੀ ਪੂਰਾ ਪੈਟਰੋਲ ਤੁਹਾਡੀ ਵੀਕਲ ਦੇ ਵਿੱਚ ਪਾਇਆ ਗਿਆ ਹੁਣ ਇਸ ਚੀਜ਼ ਦਾ ਵੀ ਧਿਆਨ ਦੇਣਾ ਕਿ ਜੋ ਪੈਟਰੋਲ ਜੋ ਡੀਜ਼ਲ ਤੁਹਾਡੀ ਗੱਡੀ ਆ ਬਾਈਕ ਦੇ ਵਿੱਚ ਪੈ ਰਿਹਾ ਉਹ ਮਿਲਾਵਟ ਵਾਲਾ ਤਾਂ ਨਹੀਂ ਕਿਉਂਕਿ ਇਸ ਦੇ ਨਾਲ ਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ